ਬਹੁਤ ਜ਼ਿਆਦਾ ਮੁਸ਼ਕਿਲ ਹੈ। ਮੇਰੀ 3 ਸਾਲ ਦੀ ਬੇਟੀ ਘਰ ਪੇ ਅਕੇਲੀ ਹੈ ਔਰ ਵੋ ਵੇਟ ਕਰ ਰਹੀ ਹੈ ਕਿ ਮੈਂ ਘਰ ਜਾ ਰਹੀ ਹੂੰ, ਲੇਕਿਨ ਮੈਂ ਸਟੇਸ਼ਨ ਪੇ ਆ ਕੇ ਸ਼ੌਪ ਦੂੰ ਕਿ ਹਮ ਜਾ ਹੀ ਨਹੀਂ ਸਕਤੇ ਹੈ। ਅਬ ਯੇ ਲੋਗ ਕਹਤੇ ਹੈ ਬਿਆਸ ਸੇ ਟ੍ਰੇਨ ਲੇਨੀ, ਪਰ ਅਗਰ ਬਿਆਸ ਸੇ ਟ੍ਰੇਨ ਲੇਨੀ ਵੀ ਤੋ ਐਸਾ ਕੋਈ ਮੈਸੇਜ ਹਮੇ ਕਨਵੇ ਕਰਨਾ ਚਾਹੀਏ ਨਾ, ਕਿ ਲੋਗੋਂ ਨੇ ਕੋਈ ਮੈਸੇਜ ਕਨਵੇ ਨਹੀਂ ਕੀਤਾ। ਨਹੀਂ ਕੋਈ ਨਹੀਂ, ਹਮ ਲੋਗ ਟਾਈਮਲੀ ਯਹਾਂ ਪਰ ਪਹੁੰਚੇ, ਆਧੇ ਘੰਟੇ ਕੇ ਡਿਸਟੈਂਸ ਕੋਈ ਇਨਫੋਰਮੇਸ਼ਨ ਨਹੀਂ ਹੁਏ ਥੇ। ਹਮ ਲੋਗ ਟਾਈਮ ਸੇ ਯਹਾਂ ਪਰ ਆਏ ਤੋ ਯੇ ਕਹਤੇ ਹੈ ਸ਼ਾੜੀ ਕਹਾਂ ਸੇ ਕਹਾਂ ਤੱਕ, ਹਮੇ ਬਿਆਸ ਬਿਆਸ ਸੇ ਆਪ ਟ੍ਰੇਨ ਲੇ ਲੋ, ਲੇਕਿਨ ਬਿਆਸ ਪੇ ਹਮ ਪਹੁੰਚ ਨਹੀਂ ਸਕਤੇ ਤੋ ਹਮ ਟ੍ਰੇਨ ਲੇਂਗੇ ਕੈਸੇ। ਔਰ ਯੇ ਕਹਤੇ ਹੈ ਆਪਕਾ ਜੋ ਟਿਕਟ ਅਮਾਊਂਟ ਹੈ ਵੋ ਆਪਕੋ ਰਿਟਰਨ ਕਰ ਦੇਂਗੇ। ਰਿਟਰਨ ਕਾ ਹਮ ਕਿਆ ਕਰੇਂਗੇ, ਹਮ ਟਾਈਮ ਸੇ ਘਰ ਨਹੀਂ ਪਹੁੰਚ ਪਾਏ। ਕਹਾਂ ਜਾਣਾ? ਮੁਝੇ ਦਿੱਲੀ ਜਾਣਾ ਹੈ। ਦੇਖੇ ਗੱਲਬਾਤ ਕੀਤੀ, ਜਿੰਨਾ ਕਿ ਆਪਣੀ 3 ਸਾਲ ਦੀ ਬੱਚੀ ਜਿਹੜੀ ਘਰ ਉਡੀਕ ਰਹੀ ਹੈ, ਪਰ ਉਹਦੀ ਮਾਤਾ ਜੀ ਇੱਥੇ ਟ੍ਰੇਨ ਆ ਜਿਹੜੀ ਰੱਦ ਹੋਣ ਕਰਕੇ ਪਰੇਸ਼ਾਨ ਹੋ ਕੇ ਇੱਥੇ ਫਸ ਪਏ ਨੇ। ਤਾਂ ਗੱਲਬਾਤ ਕਰਦੇ ਸਾਡੇ ਹੋਰ ਵੀ ਜਾਣੇ, ਅੱਜ ਵੀ ਕੀ ਨਾਮ? ਕੁਲਦੀਪ ਸਿੰਘ। ਕੁਲਦੀਪ ਜੀ ਕਿੱਥੇ ਆਏ? ਫਤਿਹਾਬਾਦ ਰਹਿਣੇ ਤੋਂ ਆਏ। ਇੱਥੇ ਆ ਕੇ ਪਤਾ ਲੱਗਿਆ ਜਿਹੜਾ ਟ੍ਰੇਨ ਰੱਦ? ਹਾਂਜੀ ਹਾਂਜੀ। ਅਤੇ ਕਿੰਨੀ ਮੁਸ਼ਕਿਲ ਆ ਰਹੀ ਹੈ? ਬਹੁਤ ਮੁਸ਼ਕਿਲ ਆ ਰਹੀ ਜੀ, ਮੇਰੇ ਟਾਈਮ ਤੋਂ ਦੇਖ ਰਹੇ ਹਾਂ ਕੋਈ ਹੱਲ ਹੀ ਨਹੀਂ ਹੋ ਰਿਹਾ, ਨਾ ਹੀ ਕੋਈ ਮੈਸੇਜ ਕਰ ਰਹੇ ਨੇ, ਸਮਾਂ 4 ਮਿੰਟ ਵੀ ਤੋਂ ਉੱਤਰ ਮਿਲਣਗੇ। ਕੋਈ ਨਹੀਂ, ਕਹਿੰਦੇ ਨੇ ਟ੍ਰੇਨ 'ਚ ਜਾ ਕੇ ਬਹਿ ਜਾਓ, ਜਦੋਂ ਪੜਤਾਲ ਖੁੱਲ੍ਹੇ ਕਹਿੰਦੇ ਚੱਲ ਪੈ। ਕਦੋਂ ਤੋਂ ਬੈਠੇ ਆ? ਸਾਨੂੰ 2-2.5 ਘੰਟੇ ਹੋ ਗਏ। ਦੇਖੇ ਯਾਤਰੀ ਸਾਡੇ ਨਾਲ ਗੱਲਬਾਤ ਕੀਤੀ, ਯਾਤਰੀ ਕਿਹਾ ਕਾਫੀ ਸਾਲ ਪਰੇਸ਼ਾਨੀ ਆ ਰਹੀ ਹੈ,
ਜਿਹੜੇ ਜਿਹੜੇ ਰੇਲਵੇ ਪ੍ਰਬੰਧਕ ਹੈਗੇ ਆ ਉਹ ਵੀ ਸਾਡਾ ਮਜ਼ਾਕ ਉਡਾ ਰਹੇ ਨੇ। ਉਹ ਕਹਿੰਦੇ ਨੇ ਜਾ ਕੇ ਟ੍ਰੇਨਾਂ 'ਚ ਬੈਠ ਜਾਓ, ਜਦੋਂ ਉੱਥੋਂ ਜਾ ਖੁੱਲੇਗਾ ਤੁਹਾਨੂੰ ਪਤਾ ਲੱਗ ਜਾਏਗਾ। ਗੱਲਬਾਤ ਕਰਦੇ ਸਾਡੇ ਨਾਲ ਮਾਤਾ ਜੀ, ਕੀ ਨਾਮ ਤੁਹਾਡਾ ਜੀ? ਨਹੀਂ, ਮੈਂ ਤਾਂ ਅੰਮ੍ਰਿਤਸਰ ਜੀ ਹਾਂ। ਅੰਮ੍ਰਿਤਸਰ ਦੀ ਭਾਬੀ ਆਈ ਹੋਈ ਹੈ ਅਤੇ ਇਹਨਾਂ ਨੇ ਹੁਣੇ ਸ਼ਤਾਬਦੀ ਦੀ ਫੜਨੀ ਸੀ ਟ੍ਰੇਨ, ਅਤੇ ਇੱਥੇ ਆਏ ਤਾਂ ਸਾਨੂੰ ਪਤਾ ਲੱਗਾ ਕਿ ਟ੍ਰੇਨ ਕੈਂਸਲ ਹੋ ਗਈ ਹੈ। ਹੁਣ ਇਤਨੀ ਪ੍ਰੋਬਲਮ ਹੈ, ਅਸੀਂ ਵਿਆਸ ਵੀ ਨਹੀਂ ਦੇ ਸਕਦੇ ਇਹਨਾਂ ਨੂੰ, ਕਿਉਂਕਿ ਉੱਥੋਂ ਵੀ ਟ੍ਰੇਨ ਨਿਕਲ ਗਈ ਹੋਏਗੀ। ਹੁਣ ਕੋਸ਼ਿਸ਼ ਕਰਦੇ ਪਿਆ ਕਿ ਜਲੰਧਰ ਜਾ ਕੇ ਤਾਂ ਉੱਥੋਂ ਟ੍ਰੇਨ ਫੜੀ। ਕੀ ਚਾਹੀਦਾ ਸਰਕਾਰ ਤੋਂ ਮੰਗਾਂ ਵਗੈਰਾ ਮੰਗ ਲਈ? ਹਾਂਜੀ, ਸਰਕਾਰ ਨੂੰ ਮੰਗਾਂ ਦਿਖਾਵਾਂਗੇ। ਜਨਤਾ ਕੋ ਪਰੇਸ਼ਾਨ ਕਰਨੇ ਕੀ, ਜਨਤਾ ਸੇ ਵੋਟਿੰਗ ਵੀ ਚਾਹੀਏ, ਸਰਕਾਰ ਵੀ ਬਣਾਨੀ ਔਰ ਜਨਤਾ ਕੋ ਹੀ ਪਰੇਸ਼ਾਨ ਕਰਨਾ ਹੈ। ਮੁਝੇ ਤੋ ਯੇ ਪਾਲਿਸੀ ਸਮਝ ਮੇ ਨਹੀਂ ਆਤੀ ਹੈ ਕਿ ਲੋਕ ਕਿਸ ਤਰੀਕੇ ਸੇ ਕਾਮ ਕਰਤੇ ਹੈ। ਅਗਰ ਕਿਸਾਨੋ ਕੀ ਪ੍ਰੋਬਲਮ ਹੈ ਤੋ ਪਹਿਲੇ ਵੀ ਕਿਸਾਨੋ ਨੇ ਧਰਨਾ ਦਿਆ ਥਾ, ਬੈਠ ਕੇ ਇਸ ਬਾਤ ਕਾ ਸੋਲੂਸ਼ਨ ਨਿਕਾਲਨਾ ਚਾਹੀਏ। ਹਮ ਜਨਤਾ ਕਿਉਂ ਸਫ਼ਰ ਕਰੇ ਨਾ, ਹਮੇਸ਼ਾ ਜਨਤਾ ਹੀ ਫਸਦੀ ਹੈ, ਪੀਸੀ ਤਾਂ ਜਨਤਾ ਜਾਂਦੀ ਹੈਗੀ ਨਾ, ਸਰਕਾਰ ਦਾ ਕੀ ਜਾਂਦਾ ਹੈਗਾ? ਸਰਕਾਰ ਵਾਲੇ ਥੋੜ੍ਹੇ ਆ ਕੇ ਟ੍ਰੇਨਾਂ 'ਤੇ ਬੈਠਦੇ, ਉਹ ਤਾਂ ਫਲਾਈਟ 'ਤੇ ਜਾਂਦੇ ਗੇ। ਉਹਨਾਂ ਦੀ ਕਿਹੜੀ ਪ੍ਰੋਬਲਮ ਹੈਗੀ? ਉਹਨਾਂ ਨੂੰ ਆ ਕੇ ਬੈਠਣ ਨਾ, ਆਪਣੇ ਘਰ ਵਾਲੇ ਨੂੰ, ਰਿਸ਼ਤੇਦਾਰਾਂ ਨੂੰ ਭੇਜਣ ਟ੍ਰੇਨ 'ਤੇ, ਉਹਨਾਂ ਨੂੰ ਭੇਜਣ ਆਪਣੇ ਬੱਚਿਆਂ ਨੂੰ, ਪਤਾ ਲੱਗੇ ਉਹਨਾਂ ਨੂੰ ਕਿ ਪ੍ਰੋਬਲਮ ਕੀ ਹੈਗੀ ਆਮ ਆਦਮੀ ਦੀ। ਸਰਕਾਰ ਦੇ ਕੁਰਸੀਆਂ ਤੇ ਬਹਿਣਾ ਬੜਾ ਆਸਾਨ ਹੈ। ਬਹੁਤ ਸਾਰੀ ਗੱਲਬਾਤ ਕੀਤੀ ਆਂਟੀ ਨੇ, ਦੱਸਿਆ ਵੀ ਸਰਕਾਰਾਂ ਨੂੰ ਕੀ ਪਤਾ ਕਿਸੇ ਦੀ ਪਛਾਣੀ ਕੀ ਹੁੰਦੀ ਹੈ, ਕਿਉਂਕਿ ਉਹ ਤੇ ਹਵਾਈ ਜਹਾਜ਼ ਤੇ ਬਹਿੰਦੇ ਨੇ, ਅਤੇ ਉਹਨਾਂ ਨੂੰ ਕਿਸੇ ਗਰੀਬ ਦਾ ਕੀ ਪਛਾਣੀ ਹੁੰਦੀ ਹੈ, ਕਿੱਥੋਂ ਸਫ਼ਰ ਕਰਨਾ, ਕਿੱਥੇ ਜਾਣਾ। ਵੀਰ ਜੀ ਕੀ ਨਾਮ ਤੁਹਾਡਾ? ਵੀਰ ਜੀ ਕਿੱਥੋਂ ਆਏ, ਕਿੱਥੇ ਜਾਂਦੇ? ਚੰਡੀਗੜ੍ਹ ਜਾਣਾ ਜੀ, ਪੱਟੀ ਸ਼ਹਿਰ ਤੋਂ। ਅਤੇ ਇੱਥੇ ਪਤਾ ਕਿ ਟ੍ਰੇਨਾਂ ਰੱਦੇ ਆ? ਹਾਂਜੀ, ਪਤਾ ਲੱਗਾ ਜੀ, ਬੜੀ ਪਰੇਸ਼ਾਨੀ ਹੋ ਗਈ। ਅੱਧਾ ਘੰਟਾ ਟਿਕਟ ਘਰ ਟਿਕਟ ਲੈਣ ਗਏ, ਉਹਨਾਂ ਕਹਿੰਦੇ ਟਿਕਟ ਰਹਿ ਨਹੀਂ ਗਈ, ਕਿਉਂਕਿ ਪੱਕਾ ਕੋਈ ਪਤਾ ਨਹੀਂ, ਟ੍ਰੇਨਾਂ 5-5 ਮਿੰਟ ਬਾਅਦ ਕੈਂਸਲ ਹੋ ਗਈ। ਦੱਸਿਆ ਜਾਂਦਾ ਕਿਸ ਨੂੰ ਟ੍ਰੇਨ ਕਹਿ ਰਹੇ ਕਿ ਕਿਸ ਨੇ ਧਰਨਾ ਲਗਾਇਆ? ਆਪਣੇ ਦੇਸ਼ ਦਾ ਸਿਸਟਮ ਬਹੁਤ ਖਰਾਬ ਹੋ ਚੁੱਕਾ ਜੀ, ਜਿਹਦਾ ਹਰ ਛੋਟੀ ਛੋਟੀ ਗੱਲ 'ਤੇ ਧਰਨਾ ਲੱਗ ਰਿਹਾ ਜੀ। ਸਰਕਾਰਾਂ ਦੀ ਇੱਥੋਂ ਜਿਹੜਾ ਫੇਲ ਹੋ ਚੁੱਕੀ ਹੈ ਸਰਕਾਰਾਂ ਦੀ, ਸਿੱਧੀ ਗੱਲ ਹੈ ਜੀ, ਸਪਸ਼ਟ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜੋ ਲੋਕਾਂ ਦੀ ਮੰਗ ਆ ਜਿਹੜੀ 12 ਘੰਟਿਆਂ ਬਾਅਦ ਜਾਂ 24 ਘੰਟੇ ਬਾਅਦ ਪੂਰੀ ਕਰਨੀ ਹੈ, ਮੰਗਣੀ ਹੈ, ਉਹਨੂੰ 5-7 ਮਿੰਟਾਂ 'ਤੇ ਐਕਸ਼ਨ ਲੈਣਾ ਚਾਹੀਦਾ। ਅਫਸਰ ਕਿਧਰੇ ਸੁੱਤੇ ਪਏ ਜੀ, ਸਿਸਟਮ ਖਰਾਬ ਹੋ ਗਿਆ, ਬੜੀ ਪਰੇਸ਼ਾਨੀ ਦੇਖੋ ਜੀ, ਕਿਸ ਤਰ੍ਹਾਂ ਵਿਚਾਰੇ ਵਿਹਲੇ ਬੈਠੇ ਨੇ, ਜਿਹੜਾ ਲੋਕਾਂ ਦੇ ਕੰਮ ਢਾਉਂਦੇ ਨੇ, ਸਮਾਨ ਢਾਉਂਦੇ ਨੇ, ਅਤੇ ਇਸੇ ਰੋਟੀ ਨੂੰ ਸ਼ਾਮ ਨੂੰ ਜਿਹੜਾ ਪਰਿਵਾਰ ਨੂੰ ਉਹਨਾਂ ਨੇ ਰੋਟੀ ਦੇਣੀ ਹੁੰਦੀ ਆ। ਅੱਜ ਬਿਲਕੁਲ ਵਿਹਲੇ ਬੈਠੇ ਨੇ, ਕੰਮ ਕਾਰ ਨਹੀਂ ਹੈਗਾ, ਟ੍ਰੇਨਾਂ ਜਿਹੜੀਆਂ ਬੰਦ ਸੀ ਰੱਦ ਹੋਣ ਕਰਕੇ। ਗੱਲਬਾਤ ਕਰ ਲੈਂਦੇ ਬਾਬਾ ਜੀ ਨੇ, ਬਾਬਾ ਜੀ ਕੀ ਗੱਲ, ਟ੍ਰੇਨਾਂ ਬੰਦ ਆ? ਹਾਂਜੀ, ਟ੍ਰੇਨਾਂ ਬੰਦ ਆ। ਅਤੇ ਕਾਫੀ ਪਰੇਸ਼ਾਨੀ ਆਉਂਦੀ ਤੁਹਾਡਾ, ਫਿਰ ਕੰਮ ਕਰ ਇੱਦਾਂ ਹੀ ਪਰਿਵਾਰ ਵਾਸਤੇ ਲੈ ਕੇ ਜਾਂਦਾ ਵਾ? ਹਾਂਜੀ, ਵਿਹਲੇ ਬੈਠੇ ਆ। ਅਤੇ ਕੀ ਚਾਹੀਦਾ ਸਰਕਾਰ ਨੂੰ, ਇਹਨਾਂ ਮੰਗਾਂ ਮੰਨਣਾ ਚਾਹੀਦੀ ਕਿਸੇ ਤਰ੍ਹਾਂ ਦੀਆਂ? ਇਹ ਉਹ ਲੋਕ ਨੇ ਜਿਹੜੇ ਮਿਹਨਤ ਕਰਕੇ ਕਮਾਈ ਕਰਕੇ ਲੋਕਾਂ ਦਾ ਪੇਟ ਪਾਲਦੇ ਨੇ, ਅਤੇ ਇੱਥੇ ਦੇਖਿਆ ਗਿਆ ਕਿ ਅੱਜ ਬਿਲਕੁਲ ਵਿਹਲੇ ਨੇ, ਪਰਿਵਾਰ ਵਾਸਤੇ ਕਿਸੇ ਦਾ ਕੋਈ ਨਹੀਂ ਖਾਂਦਾ ਕੀਤਾ ਗਿਆ। ਬਾਬਾ ਜੀ ਨੇ ਗੱਲ ਕਰਦੇ, ਬਾਬਾ ਜੀ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅਸੀਂ ਇਹ ਚੌਣਾਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੁੱਢਿਆਂ ਦੇ ਨੰਬਰ ਆ ਨਾ, ਉਹਨਾਂ ਦਾ ਕੋਈ ਵਾਧਾ ਘਾਟਾ ਗੌਰਮੈਂਟ ਦਾ ਉੱਥੇ ਚੜਾ ਦਿੰਦਾ। ਸਾਡੇ 2-2 ਸਾਲ ਹੋ ਗਏ ਅਸੀਂ ਬੱਚਿਆਂ ਨੂੰ ਨੰਬਰ ਦੇ, ਚਾਹੀਦਾ ਸਾਡਾ ਕੋਈ ਨਾ ਕੋਈ ਬੁੱਢਾ ਵਾਸਤੇ ਸੋਚੇ, ਕੋਈ ਸਾਨੂੰ ਪੈਨਸ਼ਨ ਦੇਵੇ ਜਾਂ ਕੁਛ ਨਾ ਕੁਛ, ਸਾਡਾ ਸੋਚਣਾ ਚਾਹੀਦਾ, ਸਾਡੇ ਬਾਰੇ ਕੁਛ ਨਹੀਂ ਸੋਚਦਾ।
ਜ਼ਰੂਰ ਪਹੁੰਚਣਾ ਵਾ, ਬੰਦਾ ਪਹੁੰਚ ਨਹੀਂ ਸਕਦਾ। ਸਰਕਾਰ ਕੋਲ ਇਹ ਚੀਜ਼ਾਂ ਦੇ ਮਸਲੇ ਹੱਲ ਨਹੀਂ ਹੁੰਦੇ, ਪਛਾਣੀ ਪਬਲਿਕ ਨੂੰ ਨਾ ਕੋਈ ਇੱਥੇ ਰੇਲਵੇ ਟਿਕਟ ਲੈਣ ਜੋ ਟਿਕਟ ਨਹੀਂ ਮਿਲਦੀ, ਟਿਕਟ ਦੀ ਲੈਣਾ ਲੱਗੀਆਂ ਜੇ ਵਿਦਆਊਟ ਵਾਈ ਨੇ ਤਾਂ ਆਪਣੇ ਜਮਾਨਾ ਪੈ ਕਿੱਧਰ ਜਾਵੇਗੀ ਪਬਲਿਕ। ਉਹ ਹੀ ਤੁਹਾਨੂੰ ਇੱਥੇ ਹੈਗਾ ਪਤਾ ਲੱਗਾ ਕਿ ਤੁਹਾਡੇ ਵੱਲੋਂ ਕਿੱਦਾਂ ਲੱਗਾ ਗਿਆ ਟ੍ਰੇਨ ਲੱਗਦੇ ਆ? ਹਾਂਜੀ ਬਿਲਕੁਲ ਜੀ, ਅਸੀਂ ਆ ਕੇ ਪਤਾ ਲੱਗਾ ਤੁਹਾਨੂੰ ਅਨਾਊਂਸਮੈਂਟ ਕੀਤੀ ਉਹਨੂੰ ਦੱਸਿਆ ਨਾ ਇਸਨੇ? ਨਹੀਂ ਜੀ, ਬਸ ਇਹੋ ਹੀ ਕਹਿਣ ਡੇ ਗੱਡੀ ਲੇਟ ਜਾਏਗੀ, ਅਨਾਊਂਸਮੈਂਟ ਕੋਈ ਨਹੀਂ ਦੱਸਿਆ ਜੀ ਕਿਹਦੇ ਕਰਕੇ। ਹਾਂਜੀ ਸਵਾਲ ਤੁਸੀਂ ਸਾਰੇ ਲੁਧਿਆਣੇ ਆ ਗਏ, ਬਹੁਤ ਪਰੇਸ਼ਾਨੀ ਹੋ ਰਹੀ, ਕੋਈ ਇੱਥੋਂ ਦੱਸ ਨਹੀਂ ਰਹੇ, ਕੋਈ ਕੁਛ ਕਾਫੀ ਪਰੇਸ਼ਾਨੀ ਮਤਲਬ ਬਹੁਤ ਜ਼ਿਆਦਾ ਟ੍ਰੇਨ ਲੱਭਦੇ ਆ ਬਿਲਕੁਲ ਬਹੁਤ ਜ਼ਿਆਦਾ ਜੀ, ਕੋਈ ਨਹੀਂ ਆਏ ਚੱਲਦੇ। ਇਸ ਸਾਡੇ ਯਾਤਰੀ ਜਿਹੜਾ ਗੱਲਬਾਤ ਕੀਤੀ ਜਿਹਦਾ ਕਿਹਾ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ, ਸਰਕਾਰ ਨੂੰ ਚਾਹੀਦਾ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਜਲਦ ਜਲਦ ਪੂਰੀ ਕਰਨਗੇ ਦੀਆਂ, ਕਿਉਂਕਿ ਆਮ ਪਬਲਿਕ ਦਾ ਕਾਫੀ ਨੁਕਸਾਨ ਹੁੰਦਾ। ਆਮ ਪਬਲਿਕ ਕਾਫੀ ਕੋਈ ਸਫ਼ਰ ਕਰਨਾ ਹੁੰਦਾ ਅਤੇ ਇੱਕ ਸਫ਼ਰ ਤੋਂ ਲੈ ਕੇ ਦੂਸਰੇ ਸਫ਼ਰ ਤੱਕ ਕਿਤੇ ਜਾਣਾ ਹੁੰਦਾ ਵਾ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੱਲ ਲਈ ਹਜੀ ਚਰੇਵਾਂ ਦੀ ਖਾਸ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਦਾ ਨਾਮ ਸਰਦਾਰ ਸੂਬਾ ਸਿੰਘ ਆ, ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ, ਉੱਥੋਂ ਓਪਰੇਸ਼ਨ ਕੀਤਾ ਉਹਨਾਂ ਨੇ ਮੇਰਾ, ਓਪਰੇਸ਼ਨ ਕਰਤਾ ਅਤੇ ਇਲਾਜ ਲੂਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਨਹੀਂ ਬਚਦੀ, ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਤਾਂ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ, 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, ਸੀਟੀ ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ।